ਮਹਾਰਾਸ਼ਟਰ ਪੁਲਿਸ ਦੇ ਵੱਲੋਂ ਭੀਮਾ ਕੋਰੇਗਾਓਂ ਮਾਮਲੇ ਦੇ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫਤਾਰੀ ਹੋਈ ਆ। ਭੀਮਾ ਕੋਰੇਗਾਓਂ ਮਾਮਲੇ ਇਸ ਸਾਲ ਦੇ ਵਿੱਚ ਦਲਿਤਾਂ ਅਤੇ ਹਿੰਦੂ ਤਵੀ ਜਥੇਬੰਦੀਆਂ ਦੇ ਵਿਚਕਾਰ ਜੋ ਟਕਰਾਅ ਹੋਇਆ ਸੀ ਉਹਦੇ ਸਿਲਸਿਲੇ ਵਿੱਚੋਂ ਸਾਹਮਣੇ ਆਇਆ ਸੀ। ਇਸ ਮਾਮਲੇ ਦੇ ਮੁੱਖ ਜਿਹੜੇ ਦੋਸ਼ੀ ਉਸ ਸਮੇਂ ਮੰਨੇ ਜਾਂਦੇ ਸਨ, ਜਿਹਦੇ ਵਿੱਚੋਂ ਸ਼ੰਭਾ ਜੀ ਭਿੜੇ ਅਤੇ ਮਲਿੰਦ ਇੱਕ ਵੋਟੇ, ਇਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ। ਇਹਨਾਂ ਵਿਰੁੱਧ ਕੋਈ ਵੀ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਲਿਆ ਗਿਆ ਮਹਾਰਾਸ਼ਟਰ ਦੀ ਸਰਕਾਰ ਦੇ ਵੱਲੋਂ। ਲੇਕਿਨ ਹੁਣ ਜੋ ਪੰਜ ਵਿਅਕਤੀ ਗ੍ਰਿਫਤਾਰ ਹੋਏ ਨੇ, ਇਹਨਾਂ ਵਿੱਚੋਂ ਵਿਦਰੋਹੀ ਮੈਗਜ਼ੀਨ ਦੇ ਸੰਪਾਦਕ ਨੇ ਸੁਧੀਰ ਧਾਵਲੇ, ਮਨੁੱਖੀ ਅਧਿਕਾਰਾਂ ਦੇ ਕਾਰਕੁਨ ਅਤੇ ਵਕੀਲ ਰਹੇ ਨੇ ਸੁਰਿੰਦਰ ਗਾਡਲਿੰਗ, ਸਮਾਜਿਕ ਕਾਰਕੁਨ ਮਹੇਸ਼ ਰਾਉਤ, ਨਾਗਪੁਰ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਦੀ ਮੁਖੀ ਸੋਮਾ ਸੇਨ ਅਤੇ ਦਿੱਲੀ ਦੇ ਵਿੱਚ ਸਮਾਜਿਕ ਕਾਰਕੁਨ ਰੋਨਾ ਵੈਲਸਨ, ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਕਿਹਾ ਗਿਆ ਕਿ ਇਹਨਾਂ ਦਾ ਕਥਿਤ ਮਾਓਵਾਦੀਆਂ ਨਾਲ ਸੰਬੰਧ ਸੀ। ਇਸ ਘਟਨਾ ਦੇ ਵਿੱਚ ਵੀ ਇਹਨਾਂ ਇਹ ਜੋ ਜ਼ਿੰਮੇਵਾਰ ਨੇ। ਉਦੋਂ ਬਾਅਦ ਵਿੱਚ ਗੱਲ ਪਹੁੰਚਦੀ ਇੱਥੋਂ ਤੱਕ ਆ ਗਈ ਕਿ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਹੱਤਿਆ ਦੇ ਵਿੱਚ ਵੀ ਇਹਨਾਂ ਦਾ ਹੀ ਯੋਗਦਾਨ ਆ, ਇਹਨਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ ਨਰਿੰਦਰ ਮੋਦੀ ਦੀ ਨੂੰ ਹੱਤਿਆ ਦੀ ਸਾਜ਼ਿਸ਼ ਦੇ ਵਿੱਚ। ਸੋ ਜੇ ਕੁਝ ਚਿੱਠੀ ਵੀ ਪੁਲਿਸ ਕਹਿ ਰਹੀ ਹੈ ਕਿ ਅਸੀਂ ਬਰਾਮਦ ਕੀਤੀ ਹੈ, ਜੋ ਚਿੱਠੀ ਕੁਝ ਪੁਲਿਸ ਨੇ ਜਾਰੀ ਕੀਤੀ ਹੈ ਉਹਦੇ ਚਿੱਠੀ ਦੇ ਕੁਝ ਹਿੱਸੇ ਸਾਡੇ ਕੋਲ ਨੇ, ਉਹ ਤੁਹਾਨੂੰ ਪੜ੍ਹ ਕੇ ਸੁਣਾ ਸਕਦੇ ਹਾਂ। ਚਿੱਠੀ ਦੇ ਸ਼ੁਰੂ ਦੇ ਵਿੱਚ ਹੀ ਪਾਰਟੀ ਜਥੇਬੰਦੀ ਅਤੇ ਕੁਝ ਅੰਦਰੂਨੀ ਮਤਭੇਦਾਂ ਦੀ ਗੱਲ ਆਖੀ ਗਈ ਹੈ। ਪਾਰਟੀ ਦੇ ਰਾਜਨੀਤਿਕ ਕੈਦੀਆਂ ਦੀ ਰਿਹਾਈ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦਾ ਵੀ ਜ਼ਿਕਰ ਕੀਤਾ ਇਸ ਚਿੱਠੀ ਦੇ ਵਿੱਚ। ਇਹਦੇ ਵਿੱਚ ਕਿਹਾ ਗਿਆ ਕਿ 4 ਬੰਦੂਕਾਂ ਅਤੇ 4 ਲੱਖ ਗੋਲੀਆਂ ਖਰੀਦਣ ਲਈ 8 ਕਰੋੜ ਰੁਪਏ ਦੀ ਰਕਮ ਬਾਰੇ ਲਿਖਿਆ ਗਿਆ। ਆਖਰੀ ਸਫ਼ੇ ਦੇ ਪਹਿਰੇ ਦੇ ਵਿੱਚ ਲਿਖਿਆ ਗਿਆ ਕਿ ਹਿੰਦੂ ਫਾਸ਼ੀਵਾਦ ਨੂੰ ਹਰਾਉਣ ਦੇ ਲਈ ਕੇਂਦਰੀ ਏਜੰਡਾ ਅਤੇ ਪਾਰਟੀ ਦਾ ਮੁੱਖ ਉਦੇਸ਼ ਹੈ। ਇਸ ਲਈ ਅਸੀਂ ਸਮਾਨ ਵਿਚਾਰਧਾਰਾ ਵਾਲੇ ਸੰਗਠਨਾਂ ਅਤੇ ਸਿਆਸੀ ਦਲਾਂ ਨਾਲ ਸੰਬੰਧਿਤ ਇਹਨੂੰ ਜਿਹੜਾ ਮਜ਼ਬੂਤ ਦਿਸ਼ਾ ਵੱਲ ਕਦਮ ਚੁੱਕਣਾ ਚਾਹੁੰਦੇ ਹਾਂ ਅਤੇ ਕੰਮ ਕਰ ਰਹੇ ਹਾਂ। 15 ਰਾਜਾਂ ਵਿੱਚ BJP ਦੀ ਸਰਕਾਰ ਬਣ ਚੁੱਕੀ ਹੈ, ਇਸ ਕਰਕੇ ਹਰ ਮੋਰਚੇ ਉੱਤੇ ਸਾਨੂੰ ਤਕੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਅਖੀਰ ਦੇ ਪਹਿਰੇ ਵਿੱਚ ਇਹ ਵੀ ਲਿਖਿਆ ਗਿਆ ਚਿੱਠੀ ਵਿੱਚ ਕਿ ਕਾਮਰੇਡ ਕਿਸ਼ਨ ਸਣੇ ਕਈ ਸਾਥੀਆਂ ਨੇ ਮੋਦੀ ਰਾਜ ਦੇ ਖਾਤਮੇ ਲਈ ਠੋਸ ਕਦਮ ਚੁੱਕਣ ਲਈ ਮਤਾ ਪਾਸ ਰੱਖਿਆ ਵਾ। ਅਸੀਂ ਰਾਜੀਵ ਗਾਂਧੀ ਦੀ ਹੱਤਿਆ ਵਾਂਗ ਇੱਕ ਹੋਰ ਹੱਤਿਆ ਕਾਂਡ ਬਾਰੇ ਵਿਚਾਰ ਕਰ ਰਹੇ ਹਾਂ। ਇਹ ਖੁਦਕੁਸ਼ੀ ਕਰਨ ਵਾਂਗ ਹੈ ਅਤੇ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਆਸਾਰ ਹੋ ਸਕਦੇ ਨੇ, ਪਰ ਅਸੀਂ ਜਿਹੜਾ ਹੈਗਾ ਅਸਫਲ ਹੋ ਜਾਈਏ। ਪਰੰਤੂ ਸਾਨੂੰ ਅਜਿਹਾ ਲੱਗਦਾ ਕਿ ਪਾਰਟੀ ਦੀ PB ਅਤੇ CC ਸਾਡੇ ਸੁਝਾਅ ਉੱਤੇ ਵਿਚਾਰ ਕਰੂਗੀ ਅਤੇ ਨਰਿੰਦਰ ਮੋਦੀ ਦੇ ਰੋਡ ਸ਼ੋਅ ਨੂੰ ਜਿਹੜਾ ਹੈਗਾ ਨਿਸ਼ਾਨਾ ਬਣਾਉਣਾ ਚੰਗੀ ਰਣਨੀਤੀ ਸਾਬਤ ਹੋ ਸਕਦੀ ਹੈ। ਅਤੇ ਚਿੱਠੀ ਦੇ ਅੰਤ ਵਿੱਚ ਉਹਦੀ ਤਰੀਕ ਵੀ ਲਿਖੀ ਹੋਈ ਹੈ, 18/4/2017। ਸੋ ਇਹ ਚਿੱਠੀ ਹੈ, ਇਹਦੇ ਆਧਾਰ ਉੱਤੇ ਕਿਹਾ ਗਿਆ ਕਿ ਇਹਨਾਂ ਨੇ ਇਹ ਜਿਹੜੇ 5 ਵਿਅਕਤੀ ਸਨ ਜਿਹਦੇ ਵਿੱਚੋਂ ਕੋਈ ਤਾਂ ਸਮਾਜਿਕ ਕਾਰਕੁਨ ਹੈ, ਕੋਈ ਸੰਪਾਦਕ ਹੈ, ਇਹਨਾਂ ਉੱਤੇ ਦੋਸ਼ ਲਾਏ ਨੇ ਕਿ ਨਰਿੰਦਰ ਮੋਦੀ ਦੀ ਹੱਤਿਆ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਹੈ। ਇਹ ਚਿੱਠੀ ਜੋ ਸਾਹਮਣੇ ਆਈ ਹੈ, ਚਿੱਠੀ ਦੇ ਵਿੱਚ ਇਹਦੋਂ ਬਾਅਦ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਂਦੇ ਆ ਰਹੇ ਨੇ। ਪਹਿਲੀ ਗੱਲ ਤਾਂ ਕਿ ਇੱਕ ਜਿਹੜੀ ਚੀਜ਼ ਦੇਖੀ ਜਾਵੇ, ਜਿਵੇਂ ਮਤਲਬ ਮੌਜੂਦਾ ਇਹ ਚਿੱਠੀ ਸਾਹਮਣੇ ਆਈ ਹੈ, ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਬਾਰੇ ਜਾਂਚ ਹੋਣੀ ਚਾਹੀਦੀ ਹੈ। ਭਾਵੇਂ ਕਿ ਨਰਿੰਦਰ ਮੋਦੀ ਦੀ ਹੱਤਿਆ ਦੀਆਂ ਸਾਜ਼ਿਸ਼ਾਂ ਦੇ ਬਾਰੇ ਖਬਰਾਂ 2009 ਦੀਆਂ ਆ ਰਹੀਆਂ ਨੇ, ਪਰ ਜਾਂਚ ਕਿੰਨੀ ਕੁ ਹੋਈ ਅਜੇ ਤੱਕ ਕੁਝ ਪਤਾ ਨਹੀਂ। ਹੋ ਹੱਲਾ ਮੱਚ ਜਾਂਦਾ ਚੋਣਾਂ ਦੇ ਸਮੇਂ, ਜਿਹੜਾ ਹੈਗਾ ਹਮਦਰਦੀ ਬਟੋਰੀ ਜਾਂਦੀ ਹੈ ਕਿ ਇੱਥੋਂ ਤੱਕ ਕਿ ਨਰਿੰਦਰ ਮੋਦੀ ਬਾਅਦ ਇਹੋ ਜਿਹੇ ਇੱਕੋ ਇੱਕ ਜਿਹੜੇ ਮੁੱਖ ਮੰਤਰੀ ਸੀ ਗੁਜਰਾਤ ਵੇਲੇ ਜਦੋਂ ਲੀਡਰ ਸੀ, ਜਿਨ੍ਹਾਂ ਨੇ ਆਪਣੀ ਇਸ ਮੁੱਦੇ ਨੂੰ ਵੀ ਇੱਕ ਚੋਣਾਵੀ ਮੁੱਦਾ ਬਣਾਇਆ। ਉਹ ਗੁਜਰਾਤ ਵਿੱਚ ਇਨਕਾਊਂਟਰ ਵਿੱਚ ਮਾਰੇ ਗਏ ਅੱਤਵਾਦੀਆਂ ਦੀਆਂ ਫੋਟੋਆਂ ਦਿਖਾ ਕੇ ਗਏ, ਦੇਖੋ ਭਾਈਓ ਇਹ ਮੈਨੂੰ ਮਾਰਨ ਆਏ ਨੇ ਅਤੇ ਇਸ ਕਰਕੇ ਤੁਸੀਂ ਮੈਨੂੰ ਵੋਟ ਦਿਓ, ਇਹ ਨਰਿੰਦਰ ਮੋਦੀ ਕਹਿੰਦੇ ਰਹੇ ਨੇ। ਅਤੇ ਹਰ ਵਾਰ ਮੇਰੀ ਹੱਤਿਆ ਦੀ ਸਾਜ਼ਿਸ਼ ਰਚੀ ਗਈ ਸੀ, ਫਲਾਣੇ ਥਾਂ ਰਚੀ ਗਈ, ਫਲਾਣੇ ਥਾਂ ਕੀਤਾ ਗਿਆ, ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ। ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਾਫੀ ਥਾਵਾਂ ਹੋਈ ਹੈ, ਉਹਨਾਂ ਵੱਲੋਂ ਕੀਤੀ ਗਈ ਹੈ, ਪਰ ਸੱਚ ਸਾਹਮਣੇ ਨਹੀਂ ਆਇਆ। ਲੇਕਿਨ ਅਸੀਂ ਫਿਰ ਵੀ ਕਹਿੰਦੇ ਹਾਂ ਕਿ ਉਹ ਸੰਵਿਧਾਨਕ ਅਹੁਦੇ 'ਤੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ, ਇਸ ਬਾਬਤ ਜਦੋਂ ਇਹ ਤੌਖਲੇ ਹੁੰਦੇ ਨੇ ਉਹਨਾਂ ਦੀ ਸੁਰੱਖਿਆ ਦਾ ਇੱਕ ਤਾਂ ਪੂਰੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਸੁਰੱਖਿਆ ਤਕੜੀ ਹੋਣੀ ਚਾਹੀਦੀ ਹੈ। ਪਰ ਉਦੋਂ ਬਾਅਦ ਵਿੱਚ ਇਸ ਚਿੱਠੀ ਨੂੰ ਲੈ ਕੇ ਜਿਵੇਂ ਜਿਵੇਂ ਜਿਹੜੇ ਵਿਚਾਰ ਆ ਰਹੇ ਨੇ, ਇੱਕ ਤਾਂ BJP ਦੇ ਆਪਣੇ ਹੀ ਮੰਤਰੀ ਨੇ ਮਹਾਰਾਸ਼ਟਰ ਤੋਂ, ਉਹਨਾਂ ਦੇ ਵਿਚਾਰ ਨੇ ਕਿ ਇਹ ਜਿਹੜੀ ਦਲਿਤ ਭਾਈਚਾਰੇ ਨੂੰ ਫਸਾਉਣ ਦੇ ਲਈ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ, ਉਹਨਾਂ ਨੇ ਖੁਦ ਆਪਣੀ ਸਰਕਾਰ ਦਾ ਵਿਰੋਧ ਕੀਤਾ। ਦੂਜੇ ਰਾਮਦਾਸ ਅਠਵਾਏ ਨੇ, ਦੂਜੇ ਪਾਸੇ ਕਾਂਗਰਸ ਪਾਰਟੀ ਦੇ ਸੰਜੇ ਨਰੁਕਮ ਦਾ ਕਹਿਣਾ ਵਾ ਕਿ ਅਸਲ ਵਿੱਚ ਸਿਰਫ ਅਤੇ ਸਿਰਫ ਨੰਗਾ ਚਿੱਠੀ ਝੂਠ ਆ, ਚਿੱਠੀ ਵਿੱਚ ਕੋਈ ਦਮਖਮ ਨਹੀਂ ਹੈ। ਸ਼ਰਦ ਪਵਾਰ ਨੇ ਵੀ ਇਸੇ ਤਰ੍ਹਾਂ ਦੀ ਹੀ ਆਪਣੀ ਜਿਹੜੀ ਹੈਗੀ ਸਟੇਟਮੈਂਟ ਦਿੱਤੀ ਹੈ। ਬਾਕੀ ਜੋ ਚਿੱਠੀ ਹੈ, ਚਿੱਠੀ ਦੇ ਵਿੱਚ ਜੋ
ਕੁਝ ਦੱਸਿਆ ਗਿਆ ਉਹਦੇ ਵਿੱਚ ਸਵਾਲ ਉੱਠਣੇ ਜ਼ਰੂਰ ਖੜ੍ਹੇ ਹੁੰਦੇ ਨੇ, ਖਾਸ ਕਰਕੇ ਜੇ ਆਪਾਂ ਚਿੱਠੀ ਨੂੰ ਥੋੜ੍ਹਾ ਜਿਹਾ ਹੋਰ ਦੇਖਿਆ ਜਾਵੇ, ਚਿੱਠੀ ਦੀ ਜਿਹੜੀ ਸੱਚਾਈ ਬਾਰੇ ਜਿਹੜੇ ਤੌਖਲੇ ਨੇ ਉਹ ਕਿੱਥੋਂ ਖੜ੍ਹੇ ਹੁੰਦੇ ਨੇ। ਇੱਕ ਤਾਂ ਪਹਿਲੀ ਗੱਲ ਇਹ ਕਿ ਚਿੱਠੀ ਨੂੰ ਲਿਖਿਆ ਕਿਹਨੇ ਆ, ਉੱਥੇ ਕੁਛ ਨਹੀਂ ਲਿਖਿਆ ਗਿਆ, ਕੋਈ ਕਿਸੇ ਵੀ ਜਿਹੜਾ ਹੈਗਾ ਪੈਡ ਦੇ ਉੱਤੇ ਉਸ ਤਰ੍ਹਾਂ ਉਹ ਚਿੱਠੀ ਨਹੀਂ ਆਈ, ਲੈਟਰ ਪੈਡ ਦੇ ਉੱਤੇ ਉਹਦਾ ਕੋਈ ਲਿਖਣ ਵਾਲੇ ਦਾ ਨਾਂ ਉੱਥੇ ਨਹੀਂ ਹੈ ਜਿਵੇਂ ਮੈਂ ਦੱਸਿਆ ਹੀ ਤੁਹਾਨੂੰ। ਸੋ ਪੁਲਿਸ ਮੁਤਾਬਕ ਚਿੱਠੀ ਜਿਹੜੀ ਹੈਗੀ ਆ ਅਨੰਤ ਤੇਲ ਤੁੰਬੜੇ ਨੇ ਜੈਕਬ ਵਿਲਸਨ ਨੂੰ ਲਿਖੀ ਆ, ਪਰ ਇਹ ਚਿੱਠੀ ਦੇ ਆਖਰੀ ਪਹਿਰੇ ਵਿੱਚ ਕਿਹਾ ਗਿਆ ਕਿ ਉਹਨਾਂ ਦੇ ਸੁਝਾਅ ਨੂੰ ਪੋਲਿਟ ਬਿਊਰੋ ਜਾਂ ਸੈਂਟਰ ਕਮੇਟੀ ਦੇ ਵਿੱਚ ਵਿਚਾਰਿਆ ਜਾਵੇ। ਤਾਂ ਸਵਾਲ ਇਹ ਹੈਗਾ ਕਿ ਕੀ ਜਿਹੜਾ ਰੋਨਾ ਵਿਲਸਨ ਆ ਕੀ ਉਹ ਸੈਂਟਰ ਕਮੇਟੀ ਦਾ ਮੁਖੀ ਹੈ? ਇਹ ਆਪਣੇ ਆਪ ਦੇ ਵਿੱਚ ਸਵਾਲ ਹੈ। ਦੂਜੀ ਗੱਲ ਇਹ ਹੈਗੀ ਹੈ ਕਿ ਕੀ ਉਹਦੀ ਪਾਰਟੀ ਦੇ ਕੋਲ ਜਿਹੜਾ PB ਜਾਂ CC ਦੀ ਮੀਟਿੰਗ ਦੇ ਵਿੱਚ ਸੱਦਣ ਦਾ ਅਧਿਕਾਰ ਉਹਦੇ ਕੋਲ ਹੈ? ਅਤੇ ਨਾਲ ਦੀ ਨਾਲ ਚਿੱਠੀ ਵਿੱਚ ਪਾਈ ਗਈ ਜਿਹੜੀ ਤਰੀਕ ਹੈ ਉਹਦੇ ਵਿੱਚ 13 ਮਹੀਨੇ ਦਾ ਘੱਟੋ ਘੱਟ ਫਰਕ ਹੈ। 13 ਮਹੀਨੇ ਦਾ ਫਰਕ ਆਮ ਤੌਰ ਉੱਤੇ ਹੁੰਦਾ ਹੈ ਕਿ ਜਿਹੜੇ ਬੰਦੇ ਨਾ ਖੁਫੀਆ ਤਰੀਕੇ ਨਾਲ ਕੰਮ ਕਰਦੇ ਨੇ ਉਹਨਾਂ ਦੇ ਤਾਂ ਆਪਣੇ ਕੋਡ ਹੁੰਦੇ ਨੇ, ਉਹ ਕੋਈ ਬੰਦਾ ਇਸ ਚਿੱਠੀ ਨੂੰ 13 ਮਹੀਨੇ ਰੱਖੂਗਾ ਜਿਹੜੇ ਮਤਲਬ ਖੁਫੀਆ ਤੌਰ 'ਤੇ ਆਪਣੇ ਇਸ ਤਰ੍ਹਾਂ ਕੰਮ ਕਰਨੇ ਨੇ। ਅਤੇ ਤੀਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਗੁਪਤ ਸੰਗਠਨ ਵਾਲੇ ਮੈਂਬਰ, ਜਿਵੇਂ ਮੈਂ ਦੱਸਿਆ ਕਿ ਦਸਤਾਵੇਜ਼ ਨੂੰ ਤਾਂ ਇੰਨਾ ਚਿਰ ਰੱਖ ਹੀ ਨਹੀਂ ਸਕਦੇ ਹੈਗੇ, ਗੁਪਤ ਸੰਗਠਨਾਂ ਦੇ ਮੈਂਬਰ ਦੀ ਇਸ ਜਥੇਬੰਦੀ ਦੇ ਵਿਸਥਾਰ ਵਿੱਚ ਚਰਚਾ ਜਿਹੜੀ ਹੈਗੀ ਆ ਉਹ ਕਰਨੀ ਵੀ ਮੁਮਕਿਨ ਨਹੀਂ ਹੈਗੀ, ਜਿਵੇਂ ਉਹਨਾਂ ਨੇ ਕੁਝ ਜਥੇਬੰਦੀ ਦੀਆਂ ਗੱਲਾਂ ਕੀਤੀਆਂ। ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਹਮਖਿਆਲੀ ਧਿਰਾਂ ਨੂੰ ਨਾਲ ਜੋੜਨਾ ਚਾਹੁੰਦੇ ਹਾਂ। ਪਹਿਲੀ ਇਹ ਮਾਓਇਸਟਾਂ ਦੀ ਜਿਹੜੀ ਨੀਤੀ ਨਹੀਂ ਹੈਗੀ ਹਮਖਿਆਲੀ ਧਿਰਾਂ ਨੂੰ ਆਪਸ ਵਿੱਚ ਨਾਲ ਜੋੜਨ ਦੀ। ਸੋ ਕਈ ਕੁਛ ਹੈ ਇਸ ਚਿੱਠੀ ਦੇ ਵਿੱਚ ਸਵਾਲਾਂ ਦੇ ਸਵਾਲ ਹੁਣ ਖੜ੍ਹੇ ਹੁੰਦੇ ਨੇ। ਪਰ ਦੂਜੀ ਗੱਲ ਇਹ ਹੈਗੀ ਅਸੀਂ ਇਹ ਦੇਖ ਰਹੇ ਹਾਂ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਬਣਾਈਆਂ ਜਾਂਦੀਆਂ ਨੇ। 2009 ਤੋਂ ਸ਼ੁਰੂ ਹੋਈਆਂ ਨੇ ਗੁਜਰਾਤ ਦੇ ਵਿੱਚ ਨਰਿੰਦਰ ਮੋਦੀ ਦਾ, ਫਿਰ 14 ਤੋਂ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਨੇ ਉਦੋਂ ਹੀ ਚਾਰ ਵਾਰ ਤਾਂ ਉਦੋਂ ਕੀ ਖਬਰਾਂ ਆ ਗਈਆਂ ਕਿ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ, ਐਂ ਹੋ ਰਹੀ ਹੈ। ਉਹਦੇ ਵਿੱਚੋਂ ਬਹੁਤੇ ਉਹਨਾਂ ਦੇ ਆਪਣੇ ਚਹੇਤੇ TV ਕਰਮੀ ਸੀ, ਆਹ ਵੀ ਜਿਹੜੀ ਖਬਰ ਹੈ ਉਹਨਾਂ ਦੇ ਇੱਕ TV ਚੈਨਲ ਦੀ ਦਿੱਤੀ ਹੋਈ ਹੈ ਜਿਹੜਾ ਕਿ ਉਹਨਾਂ ਦਾ ਆਪਣਾ ਚਹੇਤਾ TV ਚੈਨਲ ਹੈ। ਹੁਣ ਇੱਥੇ ਸਵਾਲ ਇਹ ਹੈਗਾ ਕਿ ਕੀ ਸਰਕਾਰ ਹੈ, ਸਰਕਾਰ ਦੀ ਜਿਹੜੀ ਮਨਸ਼ਾ ਕੀ ਹੈ? ਕੱਲ੍ਹ ਦੇ ਦਾ ਟ੍ਰਿਬਿਊਨ ਦੇ ਵਿੱਚ ਖਬਰ ਸੀ ਕਿ ਹੁਣ ਸਾਡਾ ਜਿਹੜਾ ਹੈਗਾ ਟਾਰਗੇਟ ਨੇ ਉਹ ਸ਼ਹਿਰੀ ਮਾਓਇਸਟ ਹੋਣਗੇ। ਸਭ ਤੋਂ ਪਹਿਲਾਂ ਜਦੋਂ ਰਾਜਨਾਥ ਸਿੰਘ ਸੱਤਾ ਦੇ ਵਿੱਚ ਆਏ ਸੀ ਤਾਂ ਉਦੋਂ ਉਹਨਾਂ ਦਾ ਵੀ ਕਹਿਣਾ ਸੀ ਹੁਣ ਸਾਡਾ ਨਿਸ਼ਾਨਾ ਲੈਫਟ ਅੱਤਵਾਦ ਆ। ਕਿਤੇ ਇਹ ਤਾਂ ਨਹੀਂ ਕਿ ਜਿਹੜੇ ਆਵਾਜ਼ ਉਠਾ ਰਹੇ ਨੇ ਲੋਕ ਜਿਹੜੇ ਪ੍ਰੋਗਰੈਸਿਵ ਨੇ ਉਹਦੇ ਵਿੱਚ ਲੈਫਟ ਵੀ ਹੋ ਸਕਦੇ ਨੇ, ਉਹ ਲੋਕ ਜਿਹੜੇ ਕਿ ਸਰਕਾਰ ਦੇ ਕੰਮਾਂ ਉੱਤੇ ਸਵਾਲ ਕਰਦੇ ਨੇ, ਜਿਹੜੇ ਐਕਟੀਵਿਸਟ ਨੇ ਉਹ ਸਰਕਾਰ ਨੂੰ ਮਤਲਬ ਘੇਰ ਰਹੇ ਨੇ, ਕਿਤੇ ਸਰਕਾਰ ਉਹਨੂੰ ਵਿਰੋਧੀ ਮੰਨ ਕੇ ਨਿਸ਼ਾਨਾ ਤਾਂ ਨਹੀਂ ਬੁਲਾਉਣਾ ਚਾਹੁੰਦੀ ਹੈ? ਜਿਹੜੀ ਮਾਓਵਾਦ ਦੇ ਨਾਂ ਦੇ ਉੱਤੇ ਜਾਂ ਨਕਸਲਵਾਦ ਦੇ ਨਾਂ ਦੇ ਉੱਤੇ ਲੜਾਈ ਹੈ ਇਹਦਾ ਘੇਰਾ ਇੰਨਾ ਵਿਸ਼ਾਲ ਤਾਂ ਨਹੀਂ ਕਰਨਾ ਚਾਹੁੰਦੀ ਕਿ ਇਸ ਘੇਰੇ ਦੇ ਵਿੱਚ ਆਮ ਜਿਹੜਾ ਹੈਗਾ ਵਾ ਵਿਚਾਰਧਾਰਾ ਵਾਲੇ ਲੋਕ ਜਿਹੜੇ ਨੇ, ਚਾਹੇ ਉਹ ਲਿਬਰਲ ਨੇ, ਚਾਹੇ ਉਹ ਪ੍ਰੋਗਰੈਸਿਵ ਨੇ, ਚਾਹੇ ਉਹ ਲੈਫਟ ਵਾਲੇ ਨੇ, ਉਹਨਾਂ ਨੂੰ ਲੈ ਕੇ ਆਵੇ। ਇਹ ਮਤਲਬ ਇੱਕ ਖਤਰਨਾਕ ਰੁਝਾਨ ਹੈ ਜਿਹਦੇ ਬਾਰੇ ਦੇਖਣਾ ਹੋਵੇਗਾ। ਦੋਸਤੋ, ਸੂਈ ਸਵੇਰ ਲੋਕ ਪੱਖੀ ਮੀਡੀਆ ਅਦਾਰਾ ਹੈ, ਲੋਕ ਪੱਖ ਦੀ ਸਪੇਸ ਹਮੇਸ਼ਾ ਬਣੀ ਰਹੇ, ਬਚੀ ਰਹੇ ਅਤੇ ਜਿਹੜੇ ਮੁਤਬਾਦਨ ਸਿਆਸਤ ਨੂੰ ਇਹ ਕਵਰ ਕਰਦਾ ਵਾ, ਜਿਹੜੇ ਮਸਲੇ ਵੱਡਾ ਮੀਡੀਆ ਨਹੀਂ ਕਵਰ ਕਰਦਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨੂੰ ਕਵਰ ਕੀਤਾ ਜਾਵੇ। ਇਹ ਅਦਾਰਾ ਬਿਨਾਂ ਕਿਸੇ ਸਰਕਾਰੀ ਕਾਰਪੋਰੇਟ ਸਹਿਯੋਗ ਤੋਂ ਜਾਂ ਐਡ ਤੋਂ ਚੱਲਦਾ ਵਾ। ਸਾਡਾ ਮੰਨਣਾ ਕਿ ਜੇਕਰ ਲੋਕ ਪੱਖ ਦੇ ਲਈ ਕੰਮ ਹੋਵੇ ਤਾਂ ਜਿਹੜਾ ਲੋਕਾਂ ਦਾ ਹੀ ਸਹਿਯੋਗ ਲਿਆ ਜਾਵੇ। ਸੋ ਅਸੀਂ ਤੁਹਾਨੂੰ ਗੁਜ਼ਾਰਿਸ਼ ਕਰਦੇ ਹਾਂ, ਇਲਤਜਾ ਕਰਦੇ ਹਾਂ ਕਿ ਤੁਸੀਂ ਸਾਡੇ ਮੀਡੀਆ ਗਰੁੱਪ ਨੂੰ ਆਪਣੇ ਵੱਲੋਂ ਜਿਹੜਾ ਸਹਿਯੋਗ ਰਾਸ਼ੀ ਦਿਵੋ। ਸਾਡਾ ਜਿਹੜਾ ਅਕਾਊਂਟ ਹੈ ਉਹ ਅਕਾਊਂਟ ਨੰਬਰ ਸਾਹਮਣੇ ਲਿਖਿਆ ਹੋਇਆ ਵਾ, ਸੋ ਇੱਥੇ ਤੁਸੀਂ ਜਿਹੜਾ ਹੈਗਾ ਸਾਨੂੰ ਜਿਹੜਾ ਰਾਸ਼ੀ ਦੇ ਕੇ ਸਾਡੇ ਮੀਡੀਆ ਗਰੁੱਪ ਨੂੰ ਤਕੜਾ ਕਰ ਸਕਦੇ ਹਾਂ, ਤਾਂ ਜੋ ਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਸਾਡੇ ਧਰੇ ਧਰਾਏ ਪਏ ਆ ਉਹਨਾਂ ਉੱਤੇ ਵੀ ਆਉਂਦੇ ਸਮੇਂ ਦੇ ਵਿੱਚ ਅਸੀਂ ਹੋਰ ਵਧੀਆ ਢੰਗ ਨਾਲ ਜਿਹੜਾ ਹੈਗਾ ਤੁਹਾਨੂੰ ਜਿਹੜੀ ਰਿਪੋਰਟਿੰਗ ਪੱਤਰਕਾਰੀ ਆਪਣੀ ਕਰਕੇ ਦੇ ਸਕੀਏ।